ਛੱਤ ਇਹਨਾਂ ਦੀ ਮਾੜੀ ਸੀਗੀ, ਇੰਨੀ ਮਾੜੀ ਵੀ ਨਹੀਂ ਸੀ, ਠੀਕ ਠਾਕ ਹੀ ਛੱਤ ਸੀਗੀ ਅਤੇ ਵਿਚਾਰੇ ਸੁੱਤੇ ਆ ਅਤੇ 2 ਵਜੇ ਇਸ ਤਰ੍ਹਾਂ ਹਾਸਾ ਵਾਪਰ ਰਿਹਾ ਵਾ, ਇਹ ਕੰਪਿਊਟੀ ਥੱਲੇ ਦੱਬੇ ਹੀ ਸਾਰੇ ਅਤੇ ਗਾਡਰ ਵੱਜ ਕੇ ਇਹਨਾਂ ਦਾ ਵਿੱਚ ਪਤਾ ਨਹੀਂ ਹੁਣ ਸਿਰ ਦੇ ਗਾਡਰ ਵੱਜੇ ਕਿ ਕੀ ਗੱਲ ਹੋਈ ਇਹਨਾਂ ਨੂੰ ਅਤੇ ਇਹਨਾਂ ਨਾਲ ਵੀ ਆ ਚਾਰੇ ਜੀ ਘਰੋਂ ਚੱਲ ਗਏ ਇਸ ਤਰ੍ਹਾਂ। ਰਾਤ ਨੂੰ ਤਕਰੀਬਨ ਜਦੋਂ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਅਤੇ ਇਲਾਕਾ ਵਾਸੀ ਦੱਸਦੇ ਨੇ ਕਿ 12:30-1 ਵਜੇ ਦੇ ਕਰੀਬ ਜਦੋਂ ਬਿਜਲੀ ਕੜਕੀ ਆ, ਉਸ ਕੜਾਕੇ ਦੇ ਨਾਲ ਹੀ ਇਹ ਚਾਰਾਂ ਦੀ ਇਹਦੀ ਛੱਤ ਡਿੱਗ ਪਈ ਅਤੇ ਚਾਰਾਂ ਦੀ ਉੱਥੇ ਮੌਕੇ 'ਤੇ ਹੀ ਮੌਤ ਹੋ ਗਈ। ਕਾਰਨ ਇਹ ਦੱਸਦੇ ਨੇ ਕਿ ਪੁਰਾਣੀ ਛੱਤ ਸੀ ਇੱਕ, ਰਾਤ ਨੂੰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸਾਰੇ ਮੌਕੇ 'ਤੇ ਪਹੁੰਚੇ, ਡਾਕਟਰ ਦੀ ਟੀਮ ਪਹੁੰਚੀ ਔਰ ਮੌਕੇ 'ਤੇ ਜਿਹੜੀ ਆ ਲਾਸ਼ਾਂ ਨੂੰ ਕਬਜ਼ੇ 'ਚ ਵੀ ਲੈ ਕੇ ਉਹਦਾ ਪੋਸਟਮਾਰਟਮ ਕਰ ਲਈ ਦਿੱਤਾ ਜਾ ਰਿਹਾ।